ਬੰਦਾ ਸਰਦਾਰ ਪਰ ਬੋਲੇ ਕੋਰੀਅਨ ਹਰਾਟੇਦਾਰ। ਜੀ ਹਾਂ, ਵੇਖਣ ਤੇ ਸੁਣਨ ਵਾਲੇ ਨੂੰ ਹੈਰਾਨੀ 'ਚ ਪਾ ਰਿਹਾ ਇਹ ਤਾਜ ਸਿੰਘ ਹੈ, ਜੋ ਕਿ ਫਰਾਟੇਦਾਰ ਕੋਰੀਅਨ ਭਾਸ਼ਾ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਆਪਣੀ ਅਦਾਕਾਰੀ ਦਾ ਲੋਹਾ ਬਾਲੀਵੁੱਡ ਤੱਕ ਮਨਵਾ ਚੁੱਕੇ ਤਾਜ ਸਿੰਘ ਨੇ ਆਪਣੀ ਸਿੱਖ ਹੋਣ ਦੀ ਪਛਾਣ ਨੂੰ ਵੀ ਬਰਕਰਾਰ ਰੱਖਿਆ ਹੈ। ਦੱਖਣੀ ਕੋਰੀਆ ਦੇ ਬੁਆਏ ਬੈਂਡ BTS ਦੇ ਨਵੇਂ ਗੀਤ ਲੌਸ ਦੀ ਲਾਂਚਿੰਗ ਮੌਕੇ ਫਰਾਟੇਦਾਰ ਕੋਰੀਅਨ ਬੋਲਦੇ ਨਜ਼ਰ ਆਏ ਤਾਂ ਉਹਨਾਂ ਨੇ ਸਭ ਦਾ ਧਿਆਨ ਖਿੱਚਿਆ। ਤਾਜ ਸਿੰਘ ਗਲਾਸਗੋ ਸਕਾਟਲੈਂਡ ਵਿੱਚ ਪੈਦਾ ਹੋਏ ਇੱਕ UK ਅਧਾਰਿਤ ਕਲਾਕਾਰ ਹਨ। ਉਹਨਾਂ ਦੀ ਮਾਂ ਪੰਜਾਬ ਦੇ ਸ਼ਹਿਰ ਜਲੰਧਰ ਤੋਂ ਸੰਬੰਧਿਤ ਹੈ। ਉਸਨੇ ਪਰਿਵਾਰਕ ਸੰਬੰਧਾਂ ਜਾਂ ਸ਼ੋਬਿਜ ਨਾਲ ਜੁੜੇ ਬਿਨਾਂ ਇਕੱਲੇ ਅਦਾਕਾਰੀ ਕਰਨ ਦੇ ਆਪਣੇ ਜਨੂੰਨ ਨੂੰ ਬਰਕਰਾਰ ਰੱਖਿਆ ਅਤੇ ਹੁਣ ਇਸ ਬੁਲੰਦੀ 'ਤੇ ਪਹੁੰਚੇ ਹਨ ਅਤੇ ਸਿੱਖ ਕਿਰਦਾਰ ਵਿੱਚ ਨਜ਼ਰ ਆਉਂਦੇ ਹਨ। ਉਸਨੇ ਲੋਫਾਬਰੋ ਯੂਨੀਵਰਸਿਟੀ ਵਿੱਚ ਬੈਂਕਿੰਗ ਅਤੇ ਫਾਈਨੈਂਸ ਦੀ ਪੜ੍ਹਾਈ ਕੀਤੀ ਅਤੇ 2012 ਵਿੱਚ ਕੈਮਿਸਟਰੀ ਓਲੰਪਿਆਡ ਵੀ ਜਿੱਤਿਆ। ਉਹ ਆਪਣੇ ਕਾਲਜ ਦਿਨਾਂ ਵਿੱਚ ਸੈਂਟ ਜੌਨ ਐਂਬੂਲੈਂਸ ਦੇ ਨਾਲ ਇੱਕ ਯੋਗਤਾ ਪ੍ਰਾਪਤ ਫਸਟ ਏਡਰ ਵੀ ਸਨ। ਤਾਜ ਸਿੰਘ ਨੇ ਅਕਸ਼ੇ ਕੁਮਾਰ ਦੀ ਫਿਲਮ ਬੈਲ ਬੌਟਮ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਤਾਜ ਦਾ ਮਾਡਲਿੰਗ ਵਿੱਚ ਵੀ ਪਿਛੋਕੜ ਹੈ। ਇਸ ਦੇ ਇਲਾਵਾ ਤਾਜ ਨੇ ਮਾਡਲਿੰਗ ਵਿੱਚ ਵੀ ਚੰਗਾ ਕੰਮ ਕੀਤਾ ਹੈ। ਉਸਨੇ 2022 ਵਿੱਚ UK ਵਿੱਚ WCR ਕੈਂਸਰ ਖੋਜ ਵਪਾਰਕ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲਿਆ। ਉਸਨੇ ਲੋਸਟ ਐਂਡ ਫਾਊਂਡ ਮਹਾਂਮਾਰੀ ਬਾਰੇ ਇੱਕ ਜਪਾਨੀ ਪ੍ਰੋਜੈਕਟ ਨੋਮਿਟਸ ਲਿਮਿਟਡ ਦੁਆਰਾ ਨਿਰਮਿਤ ਅਤੇ ਕੋਮੀਕਾਡੋ ਜੁਇਚਰੋ ਦੁਆਰਾ ਨਿਰਦੇਸ਼ਿਤ ਪ੍ਰੋਜੈਕਟ ਵਿੱਚ ਵੀ ਕੰਮ ਕੀਤਾ ਹੈ। 2023 ਵਿੱਚ ਉਹ ਇਤਾਲਵੀ TV ਲੜੀ ਸਪੋਰਟਸ ਕ੍ਰਾਈਮ ਦਾ ਵੀ ਇੱਕ ਹਿੱਸਾ ਸੀ। ਤਾਜ ਸਿੰਘ ਜਾਪਾਨ ਵਿੱਚ ਆਪਣੇ ਆਉਣ ਵਾਲੇ ਪ੍ਰੋਜੈਕਟ ਲਈ ਫਿਲਹਾਲ ਕੰਮ ਕਰ ਰਿਹਾ ਹੈ ਅਤੇ ਗਾਇਕ ਟੋਨਾਰੀ ਨੋ ਹਨਾਕੋ ਦੀ ਆਗਾਮੀ ਰਿਲੀਜ਼ ਸਹੀ ਉਸਕਾ ਦੇ ਨਾਲ ਸਹਿਯੋਗ ਕਰ ਰਹੇ ਹਨ। ਤਾਜ ਸਿੰਘ ਜਾਹਨਵੀ ਕਪੂਰ ਦੀ ਨਵੀਂ ਫਿਲਮ ਉਲਝ ਵਿੱਚ ਵੀ ਨਜ਼ਰ ਆਉਣਗੇ, ਜੋ ਕਿ 5 ਜੁਲਾਈ 2024 ਨੂੰ ਸਿਨੇਮਾ ਘਰਾਂ ਵਿੱਚ ਨਜ਼ਰ ਆਵੇਗੀ। ਸੋ ਤਾਜ ਸਿੰਘ ਨੇ ਆਪਣੇ ਸਿੱਖੀ ਪਹਿਰਾਵੇ ਨੂੰ ਉਸੇ ਤਰੀਕੇ ਨਾਲ ਬਰਕਰਾਰ ਰੱਖਿਆ ਹੈ ਅਤੇ ਸਿੱਖੀ ਸਰੂਪ ਵਿੱਚ ਨਜ਼ਰ ਆਉਂਦਾ ਇਹ ਨੌਜਵਾਨ ਵੱਖ ਵੱਖ ਦੇਸ਼ਾਂ ਵਿੱਚ ਅਦਾਕਾਰੀ 'ਚ ਆਪਣਾ ਲੋਹਾ ਮਨਵਾ ਰਿਹਾ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।